ਲੁਧਿਆਣਾ ਦੇ ਪਿੰਡ ਫੁੱਲਾਂਵਾਲ 'ਚ 21 ਸਾਲ ਦੇ ਸਰਪੰਚ ਨੂੰ ਸਰਬ ਸੰਮਤੀ ਨਾਲ ਚੁਣ ਕੇ ਪਿੰਡ ਵਾਸੀਆਂ ਨੇ ਇੱਕ ਅਨੋਖੀ ਮਿਸਾਲ ਪੇਸ਼ ਕੀਤੀ ਹੈ, ਜਿਸ ਤੋਂ ਬਾਅਦ ਪਿੰਡ ਫੁੱਲਾਂਵਾਲ ਦਾ ਨਾਂ ਪੂਰੇ ਪੰਜਾਬ ਭਰ ਵਿੱਚ ਰੋਸ਼ਨ ਹੋ ਗਿਆ। 21 ਸਾਲ ਦਾ ਸਨੀ ਸੇਖੋਂ ਪੰਜਾਬ ਦਾ ਸਭ ਤੋਂ ਘੱਟ ਉਮਰ ਵਾਲਾ ਸਰਪੰਚ ਬਣਿਆ। ਪਿੰਡ ਵਾਸੀਆਂ ਨੇ ਕਿਹਾ ਹੈ ਕਿ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਸਾਰਿਆਂ ਦੀ ਉਮੀਦਾਂ 'ਤੇ ਖਰਾ ਉਤਰੇਗਾ ਅਤੇ ਪਿੰਡ ਦਾ ਵਿਕਾਸ ਕਰਾਏਗਾ। ਨਵ ਨਿਯੁਕਤ ਸਰਪੰਚ ਸਨੀ ਸੇਖੋਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਨੂੰ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਚੁਣਿਆ। ਉਹਨਾਂ ਕਿਹਾ ਕਿ ਉਹ ਪਿੰਡ ਦਾ ਪੂਰਨ ਵਿਕਾਸ ਕਰਾਏਗਾ ਅਤੇ ਜੋ ਕੰਮ ਅਧੂਰੇ ਪਏ ਹਨ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਵਾਏਗਾ। ਉਹਨਾਂ ਕਿਹਾ ਕਿ ਉਹ ਪਿੰਡ 'ਚੋਂ ਨਸ਼ਾ ਖਤਮ ਕਰੇਗਾ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰੇਗਾ। ਉਧਰ ਸਨੀ ਸੇਖੋਂ ਦੇ ਸਰਪੰਚ ਚੁਣੇ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਹੈ। ਸਨੀ ਦੀ ਮਾਤਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ ਪੁੱਤਰ 'ਤੇ ਮਾਣ ਹੈ ਅਤੇ ਉਹ ਪਿੰਡ ਦੇ ਵਿਕਾਸ ਲਈ ਉਸ ਦਾ ਪੂਰਾ ਸਹਿਯੋਗ ਦੇਣਗੇ। ਬਹੁਤ ਬਹੁਤ ਧੰਨਵਾਦ ਬੇਟੇ ਨੂੰ ਵੀ, ਪਹਿਲਾਂ ਸਰਪੰਚ ਹੀ ਕਰੀ, ਹੁਣ ਪੋਤੇ ਨੇ। ਜੋ ਪਿੰਡ ਦੇ ਕੰਮ ਅਧੂਰੇ ਰਹਿਣਗੇ ਜ਼ਰੂਰ ਕਰਾਂਗੇ, ਸਾਰਿਆਂ ਦਾ ਧੰਨਵਾਦ। ਲੱਗਦਾ ਜੀ ਪੋਤੇ ਨੂੰ ਸਰਪੰਚੀ ਮਿਲ ਗਈ, ਜੋ ਪਰਮਾਤਮਾ ਦਾ ਲਿਖਿਆ ਉਹ ਹੋਣਾ ਹੀ। ਇਸ ਤਰੀਕੇ ਦੀਆਂ ਉਮੀਦਾਂ ਕਰਦੇ ਹਾਂ, ਕਾਂਗਰਸ ਦੀ ਸਰਕਾਰ ਹੈ, ਕਾਂਗਰਸ ਦਾ ਹੀ ਸਰਪੰਚ ਹੈ ਤੇ ਕਾਂਗਰਸ ਦਾ ਹੀ MLA। ਹਾਂ, ਸਭ ਕਾਂਗਰਸ ਦਾ ਹੀ ਹੈ, ਪੰਚ ਵੀ ਸਰਪੰਚ ਵੀ। ਜ਼ਿੰਮੇਵਾਰੀ ਮਿਲੀ ਬਹੁਤ ਵਧੀਆ। ਸਾਰੇ ਪਿੰਡ ਦਾ ਧੰਨਵਾਦ ਕਰਦੇ ਵੀ ਪਿੰਡ ਦੇ ਰਲ ਮਿਲ ਕੇ ਸਾਰਿਆਂ ਨੇ ਪੂਰੀ ਸਹਿਮਤੀ ਮੇਰੇ ਪੋਤੇ 'ਤੇ ਰੱਖੀ। ਉਮੀਦਾਂ ਬਹੁਤ ਜ਼ਿਆਦਾ, ਜਿੰਨੀਆਂ ਵੀ ਉਮੀਦਾਂ ਸਾਡੀਆਂ ਹੈਗੀਆਂ ਸਾਰੀਆਂ ਪੂਰੀਆਂ ਕਰਨਗੇ ਜੀ। ਪਹਿਲਾਂ ਵੀ ਇੰਦਰਜੀਤ ਸਿੰਘ ਸੇਖੋਂ ਸਰਪੰਚ ਸਾਹਿਬ ਬਣਨ ਤੋਂ ਪਹਿਲਾਂ ਹੀ ਇਹਨਾਂ ਨੂੰ ਕੰਮ ਸ਼ੁਰੂ ਕਰਾ ਲਿਆ ਸੀ ਪਿੰਡ ਦਾ ਜੀ। 5 ਸਾਲਾਂ 'ਚ ਇਹਨਾਂ ਨੇ ਬੜੀ ਮਿਹਨਤ ਕੀਤੀ, ਪਿੰਡ ਦਾ ਸੁਧਾਰ ਕਾਫੀ ਕੀਤਾ ਜੀ। ਇਸੇ ਕਰਕੇ ਅਸੀਂ ਪਰਿਵਾਰ ਦਾ ਬੱਚਾ ਛੋਟਾ 21 ਸਾਲ ਦੀ ਉਮਰ ਦਾ ਬਣਾਇਆ ਸਨੀ ਸੇਖੋਂ, ਅਤੇ ਕੰਮ ਪੂਰੇ ਵਧੀਆ ਕਰਨਗੇ ਜੀ ਇਹ। ਹਾਂਜੀ, ਬਹੁਤ ਪ੍ਰਾਊਡ ਫੀਲ ਹੁੰਦਾ ਕਿ ਬਹੁਤ ਹੀ ਅੱਛਾ ਬੱਚਾ ਵਾ, ਬਹੁਤ ਹੀ ਗੁੱਡ ਆ, ਅਤੇ ਸਾਰੀਆਂ ਆਪਣੀਆਂ ਰਿਸਪੋਂਸੀਬਿਲਟੀਆਂ ਨੂੰ ਬਖੂਬੀ ਸਮਝਦਾ ਵੀ ਆ ਅਤੇ ਨਿਭਾਉਂਦਾ ਵੀ ਆ। ਪਿੰਡ ਵਾਲਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹਾਂਜੀ, ਉਮੀਦਾਂ ਪਿੰਡ ਵਾਲਿਆਂ ਦੀਆਂ ਜੋ ਵੀ ਹੋਣਗੀਆਂ, ਜੋ 'ਤੇ ਖਰੇ ਉਤਰਾਂਗੇ, ਜਿਵੇਂ ਸੀਵਰੇਜ ਹੋ ਗਿਆ ਜਾਂ ਕੁਛ ਵੀ ਜਿੱਦਾਂ ਦਾ ਵੀ ਕੰਮ ਹੋ ਗਿਆ, ਜਿੰਮ ਲਿਆਵਾਂਗੇ, A to Z ਜੋ ਵੀ ਕੰਮ ਹੋਣ ਵਾਲੇ ਸਾਰੇ ਕਰਾਵਾਂਗੇ ਜੀ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਵਿਕਾਸ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।